मैं हूं असली बिहार पाकिस्तानी रैपर गाइस, थैंक यू सो मच हमारे रिएक्शन वीडियोस पे इतना क्रेजी रिस्पांस देने के लिए, खास तौर पे करण ओजला के रिएक्शन पे इतना क्रेजी रिस्पांस देने के लिए। मैं जब भी किसी करण ओजला के पुराने म्यूजिक पे भी रिएक्शन करता हूं ना, तो बहुत लाइक लव मिलता है आप लोगों की तरफ से, क्योंकि यार करण ओजला की फैन बेस इतनी कट्टर है, इतनी स्ट्रांग है, जिनमें से मैं खुद इतना कट्टर फैन हूँ। करण ओजला को बहुत टाइम से सुनते आ रहे हैं ब्रो, करण ओजला का म्यूजिक लाइक यूनिक है ब्रो, बहुत खतरनाक एल्बम, इतनी खतरनाक है मेमोरीज मेकिंग मेमोरीज। सो करण ओजला बच के पे हमने रिएक्शन किया था, बट अभी अनप्लग्ड वर्जन आ चुका है जो कि इतना वायरल जा रहा है टिकटॉक्स पे, रील्स पे, इतना क्रेजी जा रहा है। सो मैंने सोचा क्यों ना हम इस पे रिएक्शन करें। जल्दी से चैनल को सब्सक्राइब कर लें, मेरा म्यूजिक सुनना है तो डिस्क्रिप्शन में लिंक करके आप जाके सुन सकते हैं और फीडबैक दे सकते हैं। बाकी सुनते हैं करण ओजला बच के अनप्लग्ड वर्जन, क्योंकि इसमें सुनने में यही आया कि इसमें लाइक थोड़ा सा नए लिरिक्स ऐड किए गए हैं गाने में। सो लेट्स सी, देखते हैं कैसे है। लेट्स गो। यस सर, माइक चेक सेट हो गया जी, माइक चेक सेट हो गया जी, ओके। मेकिंग मेमोरीज, ਸਾਡੇ ਵਰਗੇ ਨਾ ਯਾਰੀ ਮਹਿੰਗੀ ਪੈਂਦੀ ਐ, ਤੇਰੇ ਜਿਹੀ ਨਾਰ ਵੀ ਬਕਰੇ ਰਹਿੰਦੀ ਐ, ਹੱਥੋਂ ਕੁੜੇ ਮੇਰੇ ਨੇੜੇ ਨੇੜੇ ਲੱਗਦੀ, ਮੈਥੋਂ ਤਾਂ ਮੰਡੀਰ ਪਰੇ ਪਰੇ ਰਹਿੰਦੀ ਐ ਨੀ, ਮੈਨੂੰ ਕਿਹੜੀ ਰੂਟ ਦੱਸ ਵੀ ਬਕਰੇ ਕੀ ਫਿਰਦੀ ਨੀ, ਤੂੰ ਕਾਲਜ ਨੂੰ ਜਾਇਆ ਕਰ ਚੱਕ ਕੇ। ਇਹ ਅਨਪਲੱਗਡ ਵਰਜਨ ਕਾ ਆਪਣਾ ਹੀ ਮਜ਼ਾ ਆਤਾ ਹੈ, ਜੋ ਵੋਕਲ ਟੈਕਸਚਰ ਇਤਨਾ ਕਰੇਜ਼ੀ ਵਾਲਾ ਆ ਰਹਾ ਹੁੰਦਾ ਨਾ, ਉਹ ਉਸਕਾ ਆਪਣੀ ਵਾਈਬ ਹੈ। ਅਸਤੇ ਨੀ ਤੂੰ ਅੱਜ ਫਿਰ ਆ ਗਈ ਵੀ, ਜੱਜ ਕੇ ਜੱਜ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਬਚ ਕੇ ਇਥੋਂ ਤੇਰੇ ਨਾਲ ਕਿੱਥੇ ਵਿੱਚ ਗੇੜਾ ਦੇ ਦੀਏ, ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ। ਯਾਰ ਗਾਣਾ ਇਤਨਾ ਸੁਣਿਆ ਕਿ ਰਿਪੀਟ ਪੇ ਇਤਨਾ ਸੁਣਿਆ, ਅਬ ਯਾਦ ਹੁਆ ਹੈ ਬ੍ਰੋ। ਕਿੰਨੀ ਤੂੰ ਅੱਜ ਫਿਰ ਆ ਗਈ ਵੀ, ਬਚ ਕੇ ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਬਚ ਕੇ ਫੇਲ ਹੋ ਜਾਣੇ ਆ ਜੀ, ਆਹਾ ਮਜ਼ੇਦਾਰ ਕਰਨਾ ਸਵਾਲ ਸਾਡੀ ਸਸਰੀ ਅਕਾਲ ਤੇਰੀ, ਹੈਲੋ ਨੂੰ ਅਧੂਰੋ ਮੇਰੀ ਫਤਿਹ ਗੋਰੀਏ, ਫਤਿਹ ਗੋ ਮਤਲਬ ਆਈ ਥਿੰਕ ਸੋ ਕਹਤੇ ਹੈ ਨਾ, ਖੁਦਾ ਹਾਫਿਜ਼ ਹੈ ਬ੍ਰੋ, ਖੁਦਾ ਹਾਫਿਜ਼ ਹੈ, ਫਤਿਹ ਗੋਰੀਏ ਬ੍ਰੋ। ਕਰਨਾ ਸਵਾਲ ਸਾਡੀ ਸਸਰੀ ਅਕਾਲ ਤੇਰੀ, ਹੈਲੋ ਨੂੰ ਅਧੂਰੋ ਮੇਰੀ ਫਤਿਹ ਗੋਰੀਏ, ਨੀ ਤੂੰ ਲੰਘਿਆ ਨਾ ਚੰਗਿਆਂ ਦੇ ਸੁਪਨੇ ਦੇਖਦੀ, ਤੈਨੂੰ ਕਿਹੜਾ ਜੇ ਬੁਲਾ ਲਿਆ ਮੈਂ ਹੱਸ ਕੇ ਹੱਸ ਕੇ, ਨੀ ਤੂੰ ਅੱਜ ਫਿਰ ਆ ਗਈ ਵੀ ਕ੍ਰੇਜ਼ੀ, ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਬਚ ਕੇ ਕਿੱਥੋਂ ਤੇਰੇ ਨਾਲ ਕਿੱਥੇ ਵਿੱਚ ਗੇੜਾ ਦੇ ਦੀਏ ਨੀ, ਸਾਨੂੰ ਸਾਡੀਆਂ ਵਖਾਂਦੀਆਂ ਨੇ ਘੋੜੀਆਂ ਨੱਚ ਕੇ, ਨੀ ਤੂੰ ਅੱਜ। ਯਾਰ ਕਿਤਨਾ ਖੂਬਸੂਰਤ ਲੱਗ ਰਿਹਾ ਨਾ ਅਨਪਲੱਗਡ ਵਰਜਨ, ਐਵੇਂ ਨਹੀਂ ਵਾਇਰਲ ਜਾ ਰਿਹਾ ਬ੍ਰੋ, ਅਬ ਬਚ ਕੇ ਗਾ ਲਾਈਕ ਇਤਨਾ ਰਿਪੀਟ ਪੇ ਬਜਾ। ਅਨਪਲੱਗਡ ਵਰਜਨ ਜੈਸੀ ਆਤਾ ਗਿਆ, ਪਬਲਿਕ ਨੇ ਅਨਪਲੱਗਡ ਵਰਜਨ ਸੁਣਨਾ ਸ਼ੁਰੂ ਕਰ ਦਿੱਤਾ, ਇਤਨਾ ਪਿਆਰ ਹੈ ਕਰਨ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ, ਨੀ ਤੂੰ ਅੱਜ ਫਿਰ ਆ ਗਈ ਵੀ ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਖੁੱਲੇ ਛੱਡ ਵਾਲ ਚਾਹੇ ਕੁੰਦ ਲੈ ਕੁਤਾਰਾ ਕੁੜੇ, ਅੱਖ ਵੀ ਨੀ ਚੱਕਦਾ ਮੈਂ ਨਾ ਹਾਰਦੇ ਕੁੜੇ, ਅੱਖੀਆਂ ਨੇ ਸਖਤ ਲੋਂਡੇ ਵਾਲਾ ਸੀਨ ਨੀ ਚੱਲ ਰਿਹਾ ਇਧਰ, ਅੱਖੀਆਂ ਪਿਆਰਦੇ ਕੇ ਹਲੇ ਮਾਰਿਆ ਨੀ ਸੁਰਗ ਦਾ ਗੇੜਾ ਗੋਰੀ, ਜਿੱਦੇ ਗਿਆ ਮੈਂ ਕਨੇ ਜਾਉਂ ਦੱਸ ਕੇ ਨੀ ਤੂੰ ਅੱਜ ਫਿਰ ਆ ਗਈ ਵੀ ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਇੱਥੋਂ ਤੇਰੇ ਨਾਲ ਕਿੱਥੇ ਵਿੱਚ ਗੇੜਾ ਦੇ ਦੀਏ ਨੀ, ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ, ਨੀ ਤੂੰ ਅੱਜ ਫਿਰ ਆ ਗਈ ਵੀ ਬਚ। ਯਾਰ ਇਹ ਅਨਪਲੱਗਡ ਵਰਜ਼ਨ ਵਾਕਈ ਯਹੀ ਵਾਲੀ ਲਾਈਨ ਬਹੁਤ ਜ਼ਿਆਦਾ ਨਾ ਵਾਇਰਲ ਹੋ ਰਹੀ ਹੈ ਕਿ ਤੂੰ ਸਖਤ ਲੋਂਡੇ ਵਾਲੀ ਜੋ ਲਾਈਨ ਹੈ ਨਾ, ਕਿ ਮੈਂ ਨੀ ਵੋ ਹੋਣੇ ਵਾਲਾ ਤੇਰੇ ਸੇ ਜੋ ਮਰਜ਼ੀ ਕਰ ਲੈ ਤੂੰ ਬ੍ਰੋ, ਦੇ ਦੀਏ ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ, ਨੀ ਤੂੰ ਅੱਜ ਫਿਰ ਆ ਗਈ ਵੀ ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਕਿੰਨੀ ਵਾਰੀ ਦੱਸਿਆ ਮੈਂ, ਬਚ ਕੇ ਕ੍ਰੇਜ਼ੀ ਗਾਇਸ, ਕ੍ਰੇਜ਼ੀ। Love you man, Karan Ojla is love man. Bahut ala. Woof, damn. Crazy. सो गाइज ये था हमारा करण ओजला के बच के अनप्लग्ड वर्जन पे रिएक्शन। बच के इतना रिपीट पे सुना के अभी अनप्लग्ड वर्जन ना सारा
याद हुआ है. और जो एक लाइन थी नई वाली वो वैसे ही इतनी रील्स पे वायरल जा रही है कि लाइक पता है कि क्या हो रहा है, बट इतना खूबसूरत अनप्लग्ड वर्जन के बचके बचके इतना सुनने, रिपीट पे सुनने के बाद अनप्लग्ड वर्जन इतना वायरल होना, ये हर किसी आर्टिस्ट का ये सीन नहीं होता गाइज. करण ओजला इज जी मैन, और इतनी लाइक खतरनाक फैन बेस, इतना खतरनाक म्यूजिक, मजा आता है करण ओजला का म्यूजिक सुन के. आप लोगों को कैसा लगा अनप्लग्ड वर्जन मुझे कमेंट में बताएं. बाकी मेरा म्यूजिक सुनना है तो डिस्क्रिप्शन में लिंक है, वो भी बताना है. और रिएक्शन कैसा लगा वो भी बताना है. कमेंट में लव शो करवाएं. जिसने अभी तक चैनल को सब्सक्राइब नहीं किया जल्दी से चैनल को सब्सक्राइब कर लें, क्योंकि ऑलरेडी बहुत प्यार मिला इंडियन हिप हॉप ऑडियंस की तरफ से हमें. मिलते हैं अगले रिएक्शन में. लव यू, पीस, बाय बाय. है कितनी खूबसूरत तू, तू लगे मुझे खड़ी किसी नहर के किनारे, और तू है मेरे हीरो बरू. मैं देखूं तुझे या आंखों में, मैं गया इनमें डूब. मैं तुझसे दूर जा पाता नहीं अब, तू बन गई है रूह. तू हू बहू लगे मुझे मेरी मोहब्बत सी, और मुझे लगा था कि होगी मुझे अब मोहब्बत नहीं. पर जब से आई लाइफ में तू हुआ चेंज सब मेरे दिल का जहान. मैं भूल पाता तुझे अब नहीं जैसे तू खूबसूरत शाम.